ਜਦੋਂ ਅਸੀਂ WhatsApp ਯੂਜ਼ ਕਰਦੇ ਹਾਂ ਤਾਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਕਈ ਮੈਸੇजेस ਲੋਕ ਸਾਨੂੰ ਭੇਜ ਕੇ ਡਿਲੀਟ ਕਰ ਦਿੰਦੇ ਨੇ ਕਿਉਂਕਿ ਕੁਝ ਸਮੇਂ ਪਹਿਲਾਂ WhatsApp ਦੇ ਵੱਲੋਂ ਇਹ ਨਵਾਂ ਫੀਚਰ ਯੂਜ਼ਰਸ ਨੂੰ ਦਿੱਤਾ ਗਿਆ ਸੀ ਕਿ ਜੇ ਕੋਈ ਸਾਨੂੰ ਮੈਸੇਜ ਲੱਗਦਾ ਹੈ ਕਿ ਅਸੀਂ ਗਲਤ ਮੈਸੇਜ ਭੇਜ ਦਿੱਤਾ ਤਾਂ ਅਸੀਂ ਉਸ ਨੂੰ ਐਡਿਟ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਉਹਨੂੰ ਡਿਲੀਟ ਵੀ ਕਰ ਸਕਦੇ ਹਾਂ ਜੇ ਉਸ ਦੇ ਵਿੱਚ ਬਹੁਤ ਜ਼ਿਆਦਾ ਗਲਤੀਆਂ ਨੇ ਜਾਂ ਮੈਸੇਜ ਬਹੁਤ ਹੀ ਜ਼ਿਆਦਾ ਗਲਤ ਹੈ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਲੋਕਾਂ ਨੂੰ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨੀ ਵੀ ਹੁੰਦੀ ਹੈ ਤੇ ਕਈ ਵਾਰ ਉਹ ਕਾਫੀ ਜ਼ਿਆਦਾ ਸੋਚਣ ਵੀ ਲੱਗ ਜਾਂਦੇ ਨੇ ਕੀ ਆਰ ਪਤਾ ਨਹੀਂ ਕੀ ਮੈਸੇਜ ਭੇਜਿਆ ਹੋਵੇਗਾ ਕੀ ਸੀਸ ਮੈਸੇਜ ਦੇ ਵਿੱਚ ਜੋ ਉਹਨਾਂ ਨੇ ਭੇਜ ਕੇ ਡਿਲੀਟ ਕਰ ਦਿੱਤਾ ਪਰ ਹੁਣ ਇਸ ਟੀਜ਼ ਦਾ ਹੱਲ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਹ ਡਿਲੀਟਡ ਮੈਸੇजेस ਕਿਸ ਤਰੀਕੇ ਦੇ ਨਾਲ ਦੇਖ ਸਕਦੇ ਹੋ ਤੇ ਬਹੁਤ ਹੀ ਆਸਾਨ ਜੀ ਟ੍ਰਿਕ ਹੈ ਜੋ ਕਿ ਐਂਡਰੋਇਡ ਯੂਜ਼ਰਸ ਯੂਜ਼ ਕਰ ਸਕਦੇ ਨੇ ਤੇ ਬਹੁਤ ਹੀ ਆਸਾਨੀ ਦੇ ਨਾਲ ਡਿਲੀਟ ਕੀਤੇ ਗਏ ਮੈਸੇजेस ਦੇਖ ਸਕਦੇ ਨੇ ਤੇ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਡਿਲੀਟਡ ਮੈਸੇजेस ਨੂੰ ਦੇਖਿਆ ਜਾ ਸਕਦਾ ਕਰਨਾ ਇਸ ਦੇ ਵਿੱਚ ਕੁਝ ਨਹੀਂ ਹੈ ਬਹੁਤ ਆਸਾਨ ਜੇ ਕੁਝ ਸਟੈਪਸ ਨੇ ਜਿਹੜੇ ਤੁਸੀਂ ਫੋਲੋ ਕਰਨੇ ਨੇ ਤੇ ਜਿਹਨਾਂ ਨੂੰ ਫੋਲੋ ਕਰਕੇ ਤੁਹਾਡੇ ਕੋਲ ਉਹ ਸਾਰੇ ਮੈਸੇजेस ਸ਼ੋ ਹੋਣਗੇ ਜਿਹੜਾ ਬੰਦਾ ਤੁਹਾਨੂੰ ਮੈਸੇਜ ਭੇਜ ਕੇ ਡਿਲੀਟ ਕਰ ਰਿਹਾ ਉਹਨਾਂ ਨੇ ਬੇ ਜੀ ਇਸ ਦੇ ਲਈ ਤੁਹਾਨੂੰ ਇੱਕ ਵੀਡੀਓ ਦਿਖਾਣੇ ਆ ਤੇ ਵੀਡੀਓ ਦੇ ਵਿੱਚ ਇੱਕ ਸਕਰੀਨ ਰਿਕਾਰਡਿੰਗ ਚੱਲ ਰਹੀ ਹੈ ਜਿਸ ਦੇ ਵਿੱਚ ਅਸੀਂ ਆਪਣੇ ਦੂਜੇ ਫੋਨ ਤੋਂ ਉਸ ਫੋਨ ਤੇ ਮੈਸਟਸ ਕਰਾਂਗੇ ਉਸ ਤੋਂ ਬਾਅਦ ਫਿਰ ਉਹ ਡਿਲੀਟ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕਿਦਾਂ ਉਹ ਡਿਲੀਟਡ ਮੈਸੇਜ ਤੁਸੀਂ ਦੇਖ ਸਕਦੇ ਹੋ ਤੇ ਚਲੋ ਤੁਹਾਨੂੰ ਦੱਸਦੇ ਆ ਦੇਖੋ ਅਸੀਂ ਆਪਣੇ ਫੋਨ ਤੋਂ ਦੂਜੇ ਫੋਨ ਤੇ ਮੈਸੇਜ ਕਰ ਰਹੇ ਆ ਕੋਈ ਵੀ ਮੈਸੇਜ ਹੋਏਗਾ ਅਸੀਂ ਇਹ ਮੈਸੇਜ ਟਾਈਪ ਕਰਕੇ ਭੇਜ ਦਿੱਤਾ ਹੈ ਨੋਟੀਫਿਕੇਸ਼ਨ ਵੀ ਆਈ ਹੈ ਪਰ ਉਸ ਤੋਂ ਬਾਅਦ ਦੇਖੋ ਅਸੀਂ ਉਹ ਮੈਸੇਜ ਨੂੰ ਡਿਲੀਟ ਵੀ ਕਰ ਦਿੱਤਾ ਤੇ ਅਸੀਂ ਉਹ ਮੈਸੇਜ ਡਿਲੀਟ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਇਸ ਫੋਨ ਦੀ ਸਕਰੀਨ ਰਿਕਾਰਡਿੰਗ ਦੇ ਵਿੱਚ ਕਿ ਨਾ ਇਸ ਤੇ ਹੁਣ ਮੈਸੇਜ ਸ਼ੋ ਹੋ ਰਿਹਾ ਹੈ ਤੇ ਨਾ ਹੀ ਕੋਈ ਨੋਟੀਫਿਕੇਸ਼ਨ ਸ਼ੋ ਹੋ ਰਹੀ ਹੈ ਮੈਸੇਜੇ ਥਾਂ ਡਿਲੀਟਿਡ ਮੈਸੇਜ ਸ਼ੋ ਹੋ ਰਿਹਾ ਤੇ ਜਿਸ ਤੋਂ ਬਾਅਦ ਹੁਣ ਜੇ ਤੁਸੀਂ ਇਹ ਮੈਸੇਜ ਦੇਖਣਾ ਹੈ ਤਾਂ ਇਸ ਦੇ ਲਈ ਤੁਸੀਂ ਆਪਣੀ ਫੋਨ ਦੀ ਸੈਟਿੰਗਸ ਦੇ ਵਿੱਚ ਜਾਣਾ ਤੇ ਉਸ ਤੋਂ ਬਾਅਦ ਤੁਸੀਂ ਨੋਟੀਫਿਕੇਸ਼ਨਸ ਦੇ ਵਿੱਚ ਜਾਣਾ ਤੇ ਨੋਟੀਫਿਕੇਸ਼ਨਸ ਦੇ ਵਿੱਚ ਜਾਣ ਤੋਂ ਬਾਅਦ ਅੱਗੇ ਆਪਸ਼ਨ ਆਏਗੀ ਮੋਰ ਸੈਟਿੰਗਸ ਦੀ ਤੁਸੀਂ ਉਸ ਨੂੰ ਸਿਲੈਕਟ ਕਰਨਾ ਹੈ ਉਸ ਤੋਂ ਬਾਅਦ ਆਪਸ਼ਨ ਆਏਗੀ ਨੋਟੀਫਿਕੇਸ਼ਨ ਬਾਰ ਦੀ ਤੇ ਉੱਤੇ ਤੁਸੀਂ ਨੋਟੀਫਿਕੇਸ਼ਨ ਬਾਰਸ ਵਿੱਚ ਜਾ ਕੇ ਨੋਟੀਫਿਕੇਸ਼ਨ ਹਿਸਟਰੀ ਜਿਹੜੀ ਹੈ ਉਹ ਔਨ ਕਰ ਦੇਣੀ ਹੈ ਤੇ ਜਿਸ ਤੋਂ ਬਾਅਦ ਹੁਣ ਅਸੀਂ ਦੁਬਾਰਾ ਉਸ ਫੋਨ ਤੇ ਮੈਸੇਜ ਭੇਜਦੇ ਆ ਜੀ ਹਾਂ ਅਸੀਂ ਦੇਖੋ ਹੁਣ ਦੁਬਾਰਾ ਉਸ ਫੋਨ ਤੇ ਮੈਸੇਜ ਭੇਜਤਾ ਅਸੀਂ ਹੈਲੋ ਦਾ ਮੈਸੇਜ ਭੇਜਿਆ ਤੇ ਜਿਸ ਤੋਂ ਬਾਅਦ ਅਸੀਂ ਉਹ ਭੇਜ ਕੇ ਡਿਲੀਟ ਕਰ ਦਿੱਤਾ ਤੇ ਹੁਣ ਦੇਖੋ ਮੈਸੇਜ ਅਜੇ ਨਹੀਂ ਸ਼ੋ ਹੋ ਰਿਹਾ ਪਰ ਹੁਣ ਤੁਸੀਂ ਫੇਰ ਉਸ ਨੋਟੀਫਿਕੇਸ਼ਨ ਬਾਰ ਵਾਲੀ ਸੈਟਿੰਗ ਦੇ ਵਿੱਚ ਜਾਓਗੇ ਤੇ ਨੋਟੀਫਿਕੇਸ਼ਨ ਹਿਸਟਰੀ ਦੇ ਵਿੱਚ ਜਾ ਕੇ ਉਹ ਜਿਹੜਾ ਮੈਸੇਜ ਸੀ ਤੁਸੀਂ ਅਸੀਂ ਦੇਖ ਸਕਦੇ ਹੋ ਜਿਵੇਂ ਇਸ ਤਰੀਕੇ ਨਾਲ ਇੱਥੇ ਵੀ ਸ਼ੋ ਹੋ ਰਿਹਾ ਹੈ ਕਿ ਹੈਲੋ ਦਾ ਮੈਸੇਜ ਅਸੀਂ ਭੇਜਿਆ ਸੀ ਤੇ ਉਹ ਮੈਸੇਜ ਹੁਣ ਇੱਥੇ ਵੀ ਸ਼ੋ ਹੋ ਰਿਹਾ ਹੈ ਤੇ ਬਹੁਤ ਸਾਰੇ ਐਂਡਰੋਇਡ ਫੋਨਸ ਦੇ ਵਿੱਚ ਇਹ ਜਿਹੜੀ ਸੁਵਿਧਾ ਹੈ ਫੀਚਰ ਜਿਹੜਾ ਉਪਲਬਧ ਹੈ ਤੁਸੀਂ ਬਹੁਤ ਆਸਾਨੀ ਦੇ ਨਾਲ ਇਸ ਫੀਚਰ ਦਾ ਇਸਤੇਮਾਲ ਕਰ ਸਕਦੇ ਹੋ ਤੇ ਜਿਨ੍ਹਾਂ ਦੇ ਕੋਲ ਇਹ ਫੀਚਰ ਉਪਲਬਧ ਨਹੀਂ ਹੈ ਤਾਂ ਤੁਸੀਂ ਇੱਕ ਐਪ ਡਾਊਨਲੋਡ ਕਰਨੀ ਹੈ ਜਿਸ ਦਾ ਨਾਮ ਹੈ W A M R ਜਿਸ ਦਾ ਨਾਮ ਹੈ WhatsApp Message ਰੀਡਰ ਜੀहां ਤੁਸੀਂ ਪਲੇ ਸਟੋਰ ਦੇ ਵਿੱਚ ਜਾ ਕੇ ਇਹ ਐਪ ਇੰਸਟਾਲ ਕਰ ਸਕਦੇ ਹੋ ਤੇ ਇਸ ਐਪ ਰਾਹੀਂ ਤੁਸੀਂ ਕਿਸੇ ਵੀ ਸੋਸ਼ਲ ਮੀਡੀਆ ਨੈਟਵਰਕਿੰਗ ਜਿਹੜੀ ਸਾਈਟ ਹੈ ਫੇਰ ਚਾਹੇ ਉਹ ਇੰਸਟਾਗ੍ਰam ਹੈ, ਸਨੈਪਚੈਟ ਹੈ, ਵਟਸਐਪ ਹੈ, ਉੱਥੇ ਜੇਕਰ ਕੋਈ ਵੀ ਤੁਹਾਨੂੰ ਮੈਸੇਜ ਭੇਜ ਕੇ ਡਿਲੀਟ ਕਰੇਗਾ ਤਾਂ ਤੁਸੀਂ ਉਹ ਡਿਲੀਟਡ ਮੈਸੇजेस ਬਹੁਤ ਹੀ ਆਸਾਨੀ ਦੇ ਨਾਲ ਦੇਖ ਸਕਦੇ ਹੋ। ਤੁਹਾਨੂੰ ਸਾਡੀ ਇਹ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਤੇ ਅਜਿਹੀਆਂ ਹੋਰ ਟੈਕ ਟ੍ਰਿਕਸ ਲਈ ਵੇਖਦੇ ਰਹੋ ਪੀਟੀਸੀ ਟੈਕ ਟ੍ਰਿਕਸ।